ਸੋ ਇਸ ਕੁੰਡਲੀ ਬਾਰਡਰ ਤੇ ਸਾਡੀਆਂ ਭੈਣਾਂ ਤੇ ਸਾਡੀਆਂ ਮਾਤਾਵਾਂ ਵੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਦਿਦਾਰੇ ਵਾਲਾ ਤੋਂ। ਦਿਦਾਰੇ ਵਾਲਾ ਜ਼ਿਲ੍ਹਾ ਮੋਗਾ? ਜ਼ਿਲ੍ਹਾ ਮੋਗਾ। ਵੈਰੀ ਗੁੱਡ, ਠੀਕ ਹੈ। ਕੀ ਕਹਿਣਾ ਚਾਹੋਗੇ, ਕਿੰਨੇ ਦਿਨ ਤੋਂ ਆਏ ਤੁਸੀਂ ਇੱਥੇ? ਸਾਨੂੰ ਇੱਕ ਹਫ਼ਤਾ ਹੋ ਜਾਣਾ ਜੀ। ਜੀ ਜੀ। ਕੀ ਕਿਉਂ ਆਏ ਹੋ ਉੱਥੇ, ਕੀ ਲੱਗਦਾ, ਕਿਸ ਕਾਰਨ ਕਰਕੇ ਆਏ ਹੋ ਤੁਸੀਂ ਇੱਥੇ? ਅਸੀਂ ਜੋ ਜੀ 3 ਕਾਨੂੰਨ ਖੇਤੀ ਵਿਰੁੱਧ ਪਾਸ ਕੀਤੇ ਉਹਦੇ ਫਾਰਮਰਸ ਦੇ ਸਪੋਰਟ ਲਈ ਆਏ ਹਾਂ। ਤੁਹਾਨੂੰ ਲੱਗਦਾ ਕਿ ਉਹ ਸਾਡੇ ਵਿਰੁੱਧ ਨੇ, ਸਾਡੇ ਖੇਤੀ ਦੇ ਵਿਰੁੱਧ ਨੇ, ਸਾਡੇ ਕਿਸਾਨਾਂ ਲਈ ਉਹ ਕਾਨੂੰਨ ਜਿਹੜੇ ਲਾਹੇਵੰਦ ਨਹੀਂ ਨੇ? ਜੀ ਸਾਰੇ ਕਿਸਾਨ ਵੀਰ ਕਹਿ ਰਹੇ ਨੇ ਤਾਂ ਆਪਣੇ ਬਜ਼ੁਰਗ ਤੇ ਆਏ। ਤੁਹਾਨੂੰ ਲੱਗਦਾ? ਹਾਂਜੀ, ਕਿਉਂਕਿ ਜੋ ਤੀਜਾ ਐਕਟ ਹੈ ਐਸੈਂਸ਼ੀਅਲ ਵਾਲਾ ਉਹ ਜਮ੍ਹਾਂਖੋਰੀ ਨੂੰ ਤੇ ਜੋ ਕਾਲਾ ਬਾਜ਼ਾਰੀ ਉਹਨੂੰ ਖੋਲ ਦੇਊਗਾ, ਤੇ ਜੋ ਆਪਣਾ 25 ਰੁਪਏ ਦੀ ਕਣਕ ਉਹ 100 ਰੁਪਏ ਤੱਕ ਮਿਲੂਗੀ ਆਪਾਂ ਨੂੰ। ਇਸੇ ਕਰਕੇ ਤੁਸੀਂ ਇੱਥੇ ਡਟੇ ਹੋਏ? ਹਾਂਜੀ। ਲੱਗਦਾ ਵੀ ਹੋਰ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੀਆਂ ਨੇ ਭੈਣਾਂ ਸਾਡੀਆਂ ਮਾਤਾਵਾਂ, ਵੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਜੇ ਆਪਾਂ ਇਕੱਲੇ ਇਕੱਲੇ ਕਰਕੇ ਸੰਘਰਸ਼ ਦੇ ਵਿੱਚ ਹਿੱਸਾ ਬਣੀਏ ਤਾਂ ਔਰਤਾਂ ਦਾ ਯੋਗਦਾਨ ਜਿਹੜਾ ਬਹੁਤ ਵੱਡਾ ਹੁੰਦਾ ਹਰੇਕ ਕੰਮ ਦੇ ਲਈ, ਕੀ ਕਹਿਣਾ ਚਾਹੋਗੇ? ਹਾਂਜੀ, ਔਰਤਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ, ਕਿਉਂਕਿ ਜਿੱਦਾਂ ਮੋਦੀ ਨੇ ਕਿਹਾ ਕਿ ਔਰਤਾਂ ਨੂੰ, ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਵਾਪਸ ਜਾਣਾ ਚਾਹੀਦਾ, ਜੇ ਉਹਨਾਂ ਨੂੰ ਇਸ ਚੀਜ਼ ਦਾ ਡਰ ਹੈ ਤਾਂ ਉਹ ਤਾਂ ਹੀ ਕਹਿ ਰਹੇ ਨੇ। ਤਾਂ ਹੀ ਕਹਿ ਰਹੇ ਜੀ। ਤਾਂ ਡੈਫੀਨੇਟਲੀ ਔਰਤਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਹੈਗਾ ਜੀ। ਇੱਕ ਕੰਗਣ ਰਾਵਤ ਨੇ ਕਿਹਾ ਸੀ, ਕਹਿੰਦੇ ਕਿ ਔਰਤਾਂ ਤਾਂ 100-100 ਰੁਪਏ ਲੈ ਕੇ ਜਾਂ ਕੁਛ ਉਹ ਲਾਲਚ ਦੇ ਲਈ ਆ ਰਹੀਆਂ ਨੇ, ਤੁਹਾਨੂੰ ਕੁਛ ਕਹਿਣਾ ਚਾਹੋਗੇ ਇਹਦੇ ਬਾਰੇ? ਨਹੀਂ ਜੀ, ਜੇ ਜਿਹੜੀਆਂ ਮਾਤਾਵਾਂ ਇੱਥੇ ਆ ਰਹੀਆਂ ਤਾਂ ਉਹ ਕਿਸਾਨੀ ਨਾਲ ਜੁੜੀਆਂ ਹੋਈਆਂ, ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਾਨੂੰਨ ਕਾਲੇ ਕਾਨੂੰਨ ਅੱਗੇ ਸਾਡੇ ਵਿਰੁੱਧ ਆ, ਤਾਂ ਹੀ ਉਹ ਆ ਰਹੇ ਨੇ। ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਪਤਾ ਹੈ ਕਿ ਅਸੀਂ ਕੀ ਮੁਸ਼ਕਲਾਂ ਫੇਸ ਕਰ ਰਹੇ ਹਾਂ। ਕੰਗਣਾ ਤਾਂ ਇੱਕ ਸੈਲੀਬ੍ਰਿਟੀ ਹੈ, ਉਹਨੂੰ ਲੋਅਰ ਲੈਵਲ 'ਤੇ ਜੋ ਅਸੀਂ ਪ੍ਰੋਬਲਮਸ ਫੇਸ ਕਰ ਰਹੇ ਹਾਂ ਉਹਨੂੰ ਨਹੀਂ ਪਤਾ ਗਾ। ਕੀ ਲੱਗਦਾ ਕਿ ਇੱਕ ਔਰਤ ਹੋਣ ਦੇ ਨਾਤੇ ਉਹਨੂੰ ਔਰਤਾਂ ਦੇ ਪ੍ਰਤੀ ਇਹੋ ਜਿਹੇ ਸ਼ਬਦ ਵਰਤਣ ਦੀ ਜ਼ਰੂਰਤ ਹੈ? ਨਹੀਂ ਵਰਤਣ ਦੀ ਨਹੀਂ ਜੀ। ਸੋ ਇਹ ਸਨ ਸਾਡੀਆਂ ਭੈਣਾਂ ਜੋ ਇੱਥੇ ਬਾਰਡਰ 'ਤੇ ਡਟੀਆਂ ਹੋਈਆਂ ਨੇ। ਉਹਨਾਂ ਕਿਹਾ ਕਿ ਕੰਗਣਾ ਤਾਂ ਇੱਕ ਸੈਲੀਬ੍ਰਿਟੀ ਜਿਹੜਾ ਹੈਗਾ ਉਹਨੂੰ ਤਾਂ ਜਿੱਧਰ ਮਰਜ਼ੀ ਮਗਰ ਲਾ ਲਓ, ਉਹਨੇ ਇੱਕ ਸਿਰਫ ਅਤੇ ਸਿਰਫ ਪੈਸੇ ਤੱਕ ਮਤਲਬ ਆ।